ਜਗਰਾਉਂ ਪੁਲ ਦੇ ਨਾਲ ਹੋਏ ਨਜਾਇਜ਼ ਕਬਜ਼ਿਆਂ ਨੂੰ ਤੋੜਨ ਲਈ ਨਗਰ ਨਿਗਮ ਅਧਿਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ 106 ਇਮਾਰਤਾਂ ਤੇ ਪੀਲਾ ਪੰਜਾ ਚਲਾਇਆ ਗਿਆ। ਇਹ ਪੀਲਾ ਪੰਜਾ ਉਹਨਾਂ ਇਮਾਰਤਾਂ ਉੱਪਰ ਚਲਾਇਆ ਗਿਆ ਜੋ ਇਮਾਰਤਾਂ ਰੇਲਵੇ ਲਾਈਨ ਉੱਪਰ ਨਵੇਂ ਬਣ ਰਹੇ ਪੁਲ ਦੇ ਨਿਰਮਾਣ ਵਿੱਚ ਅੜਿੱਕਾ ਬਣ ਰਹੀਆਂ ਸਨ। ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਇਹ ਕਾਰਵਾਈ ਕਲੋਨੀ ਤੋੜੇ ਜਾਣ ਅਤੇ ਇੱਥੋਂ ਰਹਿ ਰਹੇ ਲੋਕਾਂ ਨੂੰ ਮੁੰਡੀਆਂ ਕਲਾਂ ਵਿਖੇ ਨਵੇਂ ਦਿੱਤੇ ਗਏ ਫਲੈਟਾਂ ਤੋਂ ਬਾਅਦ ਹੀ ਕੀਤੀ ਗਈ, ਪਰ ਪ੍ਰਸ਼ਾਸਨ ਦੀ ਕਾਰਵਾਈ ਤੇ ਇਹਨਾਂ ਨਜਾਇਜ਼ ਇਮਾਰਤਾਂ ਵਿੱਚ ਰਹਿ ਰਹੇ ਲੋਕ ਇੱਥੋਂ ਜਾਣ ਵਿੱਚ ਰਾਜ਼ੀ ਨਹੀਂ ਸਨ। ਜਗਰਾਉਂ ਪੁਲ ਨੂੰ ਚੌੜਾ ਕਰਨ ਲਈ ਜਿਹੜੀ ਇਲੀਗਲ ਇਨਕਰੋਚਮੈਂਟ ਸੀ ਉਹਨੂੰ ਹਟਾਉਣ ਲਈ ਅੱਜ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈਗੀ ਅਤੇ ਇਸ ਵਿੱਚ ਲੋਕਾਂ ਨੂੰ ਜਿਹੜੇ ਸਾਡੇ ਫਲੈਟ ਬਣੇ ਹੋਏ ਹੈਗੇ ਮੁੰਡੀਆਂ ਉੱਥੇ ਅਲੋਟਮੈਂਟ ਲੈਟਰ ਇਸ਼ੂ ਕੀਤੇ ਜਾ ਰਹੇ ਹੈਗੇ ਅਤੇ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੇ ਘਰ ਛੇਤੀ ਖਾਲੀ ਕਰ ਦੇਣ ਔਰ ਜਿੱਦਾਂ ਹੀ ਉਹ ਖਾਲੀ ਕਰ ਦੇਣ ਹੈ ਨਗਰ ਨਿਗਮ ਵੱਲੋਂ ਇਹਦਾ ਕਬਜ਼ਾ ਲੈ ਲਿਆ ਜਾਏਗਾ। ਕਿੰਨੀ ਦੇਰ ਦਾ ਟਾਈਮ ਦਿੱਤਾ ਗਿਆ? ਇਹਨਾਂ ਨੂੰ ਅੱਜ ਟਾਈਮ ਦਿੱਤਾ ਹੈਗਾ ਜੀ, ਇਹਨਾਂ ਨੂੰ ਦੋ ਤਿੰਨ ਘੰਟੇ 'ਚ ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਰੇ ਖਾਲੀ ਕਰਾ ਕੇ ਇੱਥੇ ਇਹਨਾਂ ਦਾ ਸਮਾਨ ਚੁਕਵਾ ਦਈਏ। ਹਾਂਜੀ, ਕਦ ਤੱਕ ਸਾਰੀ ਇੱਥੇ ਤਿਆਰ ਹੋ ਜੀ? ਜੀ ਜੀ ਹਾਂਜੀ। ਟੋਟਲ ਇੱਥੇ ਸਾਡੀ ਲਿਸਟ ਦੇ ਮੁਤਾਬਕ 97 ਤੋਂ 100 ਘਰ ਹੈਗੇ ਅਤੇ ਸਾਰਿਆਂ ਨੂੰ ਆਪਾਂ ਫਿਰ ਮੁੰਡੀਆਂ ਹੁਣ ਲੈਟਰ ਆਫਰ ਕਰਦਾ ਹੈ। ਨਹੀਂ, ਉਹ ਤਾਂ ਹੁਣ ਛੱਡ ਕੇ ਹੀ ਜਾਣਾ ਪਏਗਾ, ਜਿਹੜੇ ਇਲੀਗਲ ਇਨਕਰੋਚਮੈਂਟਸ ਹੈਗੇ ਉਹਨਾਂ ਨੂੰ ਆਫਰ ਕਰਦਾ ਹੈ। ਹਾਂ, ਉਹ ਕਬਜ਼ੇ ਫਿਰ ਟਾਣੇ ਹੈਗੇ, ਸਾਰੇ ਟਾਣੇ ਹੈਗੇ ਤਾਂ ਕਿ ਉੱਥੇ ਕੰਮ ਹੋ ਸਕੇ। ਠੀਕ ਹੈ। ਮੇਰਾ ਨਾਮ ਮਨੋਜ ਕੁਮਾਰ ਹੈ ਜੀ, ਮੈਂ ਜਗਰਾਮਪੁਰ ਕੇਸੀ ਗੈਸ ਕੰਪਨੀ ਦਾ ਰਹਿਣ ਵਾਲਾ ਹੈ। ਅੱਜ ਕਾਰਪੋਰੇਸ਼ਨ ਈਵਨ ਬਹੁਤ ਭਾਰੀ ਪੁਲਿਸ ਫੋਰਸ ਵੱਲੋਂ ਸਾਡੇ ਨਾਲ ਬਹੁਤ ਨਾਇਨਸਾਫੀ ਹੋ ਰਹੀ ਹੈ, ਬਹੁਤ ਧੱਕਾ ਇਹਨਾਂ ਨੇ ਕੀਤਾ। ਪਹਿਲਾਂ ਰਮਨੀਕ ਸਿੰਘ ਬਿੱਟੂ ਰਿਹਾ, ਉਹਨਾਂ ਨੇ ਕਿਹਾ 50 ਗੱਜ ਦੇ ਫਲੈਟ ਦੇਵਾਂਗੇ, ਉਸ ਤੋਂ ਬਾਅਦ ਸਾਨੂੰ ਪਲਾਟ ਦੇਣ ਦੇ ਵਾਅਦੇ ਕੀਤੇ। ਕੋਈ ਪਲਾਟ ਨਹੀਂ, ਕੋਈ ਕੁਛ ਨਹੀਂ। ਅੱਜ ਇਹ ਪੁਲਿਸ ਫਾਰੀ ਫੋਰਸ ਵੱਲੋਂ ਨਾਲ ਲੈ ਕੇ ਸਵੇਰੇ 5:30-6 ਵਜੇ ਦੇ ਕਰੀਬ ਆ ਕੇ ਇਹਨਾਂ ਨੇ ਮਕਾਨ ਤੋੜਨੇ ਸ਼ੁਰੂ ਕਰਤੇ, ਜਿਹਦੇ 'ਚ ਲੋਕਾਂ ਦਾ ਸਮਾਨ ਹੈ, ਕਿਸੇ ਦੀ ਕੁੜੀਆਂ ਦਾ ਵਿਆਹ, ਸਾਰਾ ਦਹੇਜ ਦਾ ਸਮਾਨ ਜੋੜਾ ਹੋਇਆ। ਬਹੁਤ ਨਾਇਨਸਾਫੀ ਹੈ ਕਾਂਗਰਸ ਰਾਜ ਦੇ ਅੰਦਰ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ, ਫੋਕਸ.ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।